ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਜ਼ ਨੂੰ ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਐਂਡ ਅੱਜ ਆਪਾਂ ਸੌਂਗ ਕਰਾਂਗੇ ਤੁਝੇ ਕਿਤਨਾ ਚਾਹਨੇ ਲਗੇ ਹਮ, ਕਬੀਰ ਸਿੰਘ ਮੂਵੀ 'ਚੋਂ। ਇਹ ਹਿੰਦੀ ਸੌਂਗ ਹੈ, ਬਹੁਤ ਸੋਹਣਾ ਸੌਂਗ ਹੈ ਐਂਡ ਕਾਫੀ ਸੋਹਣਾ ਸੰਗੀਤ ਹੈ। ਸੋ ਅੱਜ ਇਹਨੂੰ ਆਪਾਂ ਦੇਖਾਂਗੇ ਕਿ ਹਾਰਮੋਨੀਅਮ 'ਤੇ ਇਹਨੇ ਸੌਂਗ ਜੋ ਹੈ ਕਿੱਦਾਂ ਪਲੇ ਹੋਣਾ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗਾ ਕਿ ਇਸ ਸਕੇਲ ਦਾ ਜੋ ਸਕੇਲ ਹੈ ਇਹਦੇ ਸੌਂਗ ਦਾ ਸਕੇਲ ਹੈ ਜੋ ਉਹ ਕਾਫੀ ਹਾਈ ਹੈ, ਠੀਕ ਹੈ ਜੀ। ਜਿੱਦਾਂ ਹੁਣ ਸੌਂਗ ਸਟਾਰਟ ਜਿਹੜਾ ਹੁੰਦਾ, ਦਿਲ ਕਾ ਦਰਿਆ ਬਹੀ ਦਇਆ, ਠੀਕ ਹੈ ਜੀ। ਸੌਂਗ ਇੱਦਾਂ ਸਟਾਰਟ ਹੁੰਦਾ, ਬਿਲਕੁਲ ਓਰੀਜਨਲ ਸਕੇਲ ਹੈ ਇਹ, ਠੀਕ ਹੈ, ਜਿੱਥੋਂ ਸੌਂਗ ਪਲੇ ਹੋਇਆ। ਬਟ ਜੋ ਇਹ ਸਕੇਲ ਹੈ ਇਹ ਇੱਥੋਂ ਤੱਕ ਚਲਾ ਜਾਂਦਾ, ਤਾਰ ਸਪਤਕ ਦੇ ਬਿਲਕੁਲ ਐਂਡ ਤੱਕ, ਠੀਕ ਹੈ ਜੀ। ਸੋ ਇੱਥੋਂ ਤੱਕ ਬਹੁਤ ਵਿਊਜ਼ ਦੀ ਆਵਾਜ਼ ਨਹੀਂ ਪਹੁੰਚਦੀ, ਠੀਕ ਹੈ। ਸੋ ਜਿੰਨੇ ਵੀ ਮੇਰੇ ਚੈਨਲ 'ਤੇ ਵਿਊਜ਼ ਆ ਮੋਸਟਲੀ ਬਿਗਨਰਸ ਆ, ਸੋ ਦੈਟਸ ਵਾਈ ਮੈਂ ਉਹਨਾਂ ਕਰਕੇ ਜੋ ਇਹ ਸਕੇਲ ਹੈ ਜੋ ਇਹ ਸੌਂਗ ਹੈ ਥੋੜ੍ਹਾ ਜਿਹਾ ਲੋਅਰ ਸਕੇਲ 'ਤੇ ਕਰੂੰਗਾ, ਠੀਕ ਹੈ ਜੀ। ਸੋ ਆਪਾਂ ਇਸ ਸੌਂਗ ਨੂੰ ਥੋੜ੍ਹਾ ਜਿਹਾ ਲੋਅਰ ਲੈ ਕੇ ਆਵਾਂਗੇ, ਜੋ ਇੱਥੋਂ ਸੌਂਗ ਸਟਾਰਟ ਹੋਣਾ ਉਹ ਇੱਥੋਂ ਦੀ ਥਾਂ ਆਪਾਂ ਇੱਥੋਂ ਸਟਾਰਟ ਕਰਾਂਗੇ, ਠੀਕ ਹੈ ਜੀ। ਸੋ ਇੱਥੋਂ ਆਪਾਂ ਸੌਂਗ ਸਟਾਰਟ ਕਰਕੇ ਦੇਖਦੇ ਹਾਂ ਸੌਂਗ ਕਿੱਦਾਂ ਇਹ ਪਲੇ ਹੋਣਾ, ਐਂਡ ਇੱਥੇ ਦੇ ਸਾਰੇ ਅਕੋਰਡਿੰਗ ਹੀ ਇੱਥੇ ਤਰੀਕੇ ਨਾਲ ਹੀ ਆਪਾਂ ਸਾਰਾ ਦੱਸਾਂਗੇ ਕਿ ਕਿੱਦਾਂ ਇਹ ਸੌਂਗ ਪਲੇ ਹੋਣਾ, ਠੀਕ ਹੈ ਜੀ। ਸੋ ਪਹਿਲਾਂ ਆਪਾਂ ਸੌਂਗ ਸਿੰਪਲ ਦੇਖ ਲੈਂਦੇ ਹਾਂ। ਦਰਿਆ ਬਹੀ ਗਿਆ, ਇਸ਼ਕ ਇਬਾਦਤ ਬਨ ਹੀ ਗਿਆ, ਖੁਦ ਕੋ ਮੁਝੇ ਤੂੰ ਸੌਂਪ ਦੇ, ਮੇਰੀ ਜ਼ਰੂਰਤ ਤੂੰ ਬਨ ਗਿਆ, ਠੀਕ ਹੈ ਜੀ। ਸੋ ਮੈਂ ਸਿਰਫ ਚਾਰ ਲਾਈਨਾਂ ਇਹਦੀਆਂ ਜੋ ਪਹਿਲੀਆਂ ਚਾਰ ਲਾਈਨਾਂ ਉਹ ਸਿੰਪਲ ਤਰੀਕੇ ਨਾਲ ਤੁਹਾਨੂੰ ਵਜਾ ਕੇ ਦੱਸੀਆਂ। ਇਹਨੂੰ ਆਪਾਂ ਬਿਲਕੁਲ ਸਲੋ ਤਰੀਕੇ ਨਾਲ ਇੱਕ ਫਿੰਗਰ ਨਾਲ ਦੇਖਦੇ ਹਾਂ, ਸਮਝਦੇ ਹਾਂ ਕਿ ਇਹ ਕਿੱਦਾਂ ਪਲੇ ਹੋਣੀ ਆ। ਉਸ ਤੋਂ ਬਾਅਦ ਆਪਾਂ ਇਹਦਾ ਨੈਕਸਟ ਜਿਹੜੀਆਂ ਚਾਰ ਲਾਈਨਾਂ ਉਸ ਤੋਂ ਨੈਕਸਟ ਚਾਰ ਲਾਈਨਾਂ, ਸੋ ਤੁਹਾਨੂੰ ਸਾਰਾ ਸੌਂਗ ਆਪਾਂ ਕੰਪਲੀਟ ਸਮਝਾਵਾਂਗੇ ਕਿੱਦਾਂ ਪਲੇ ਹੋਣਾ, ਠੀਕ ਹੈ ਜੀ। ਸੋ ਆ ਜਾਓ ਪਹਿਲਾਂ ਇਹਦੀਆਂ ਆਪਾਂ ਪਹਿਲੀਆਂ ਚਾਰ ਲਾਈਨਾਂ ਦੇਖਦੇ ਹਾਂ ਕਿੱਦਾਂ ਪਲੇ ਹੋਣੀਆਂ। ਸੋ ਸੌਂਗ ਆਪਾਂ ਸਟਾਰਟ ਇੱਥੋਂ ਕਰਾਂਗੇ, ਠੀਕ ਹੈ ਜੀ। ਸਾ ਰੇ ਗਾ ਮਾ ਪਾ ਧਾ ਐਂਡ ਇਹ ਆ ਗਿਆ ਕੋਮਲ ਨੀ, ਠੀਕ ਹੈ ਜੀ। ਕੋਮਲ ਨੀ ਤੋਂ ਆਪਾਂ ਸਟਾਰਟ ਕਰਾਂਗੇ, ਇਹ ਨੀ ਹੈ ਸ਼ੁੱਧ ਨੀ, ਇਹ ਕੋਮਲ ਨੀ, ਠੀਕ ਹੈ ਜੀ। ਸੋ ਆਪਾਂ ਕੋਮਲ ਨੀ ਤੋਂ ਇਹ ਸੌਂਗ ਸਟਾਰਟ ਕਰਾਂਗੇ ਜੇ ਆਪਾਂ ਇਹਨੂੰ ਸਾ ਮੰਨੀਏ ਤਾਂ, ਠੀਕ ਹੈ। ਇਹ ਕੋਮਲ ਨੀ ਆ। ਦਿਲ ਕਾ ਦਰਿਆ, ਠੀਕ ਹੈ ਜੀ, ਇੱਥੋਂ ਸੌਂਗ ਸਟਾਰਟ। ਦਿਲ ਕਾ ਦਰਿਆ ਦਿਲ ਕਾ ਦਰਿਆ ਬਹਿ ਗਿਆ ਬਹਿ ਗਿਆ ਬਹਿ ਗਿਆ, ਇਸ਼ਕ ਇਬਾਦਤ ਬਨ ਹੀ ਗਿਆ, ਇਸ਼ਕ ਇਬਾਦਤ ਬਨ ਹੀ ਗਿਆ, ਖੁਦ ਕੋ ਮੁਝੇ ਤੂੰ ਸੌਂਪ ਦੇ, ਮੇਰੀ ਜ਼ਰੂਰਤ ਤੂੰ ਬਣ ਗਿਆ। ਇਹ ਚਾਰੇ ਲਾਈਨਾਂ ਆਪਾਂ ਇੱਕ ਵਾਰੀ ਫਾਸਟ ਵੀ ਦੇਖ ਲੈਂਦੇ ਕਿੱਦਾਂ ਪਲੇ ਹੋਣੀਆਂ। ਦਿਲ ਕਾ ਦਰਿਆ ਬਹਿ ਗਿਆ, ਇਸ਼ਕ ਇਬਾਦਤ ਬਨ ਹੀ ਗਿਆ, ਕੋ ਮੁਝੇ ਤੂੰ ਸੌਂਪ ਦੇ, ਮੇਰੀ ਜ਼ਰੂਰਤ ਤੂੰ ਬਣ ਗਿਆ। ਨੈਕਸਟ ਹਾਈ ਆ ਜਾਂਦਾ ਬਾਤ ਦਿਲ ਕੀ, ਉਹ ਦੇਖੋ ਕਿੱਦਾਂ ਪਹਿਲੇ ਹੋਣੀਆਂ। ਬਾਤ ਦਿਲ ਕੀ
ठीक है जी, आप पूरी एक लाइन देखो, इतों स्टार्ट होनी है। बात दिल की नजरों ने की सच कह रहा तेरी कसम, तेरे बिन अब न लेंगे एक भी दम, तुझे कितना चाहने लगे हम। ठीक है जी, आ चारे लाइना देखो फास्ट कितना प्ले होनी है। बात दिल की तो आपा स्टार्ट किया थी, बात दिल की नजरों ने की सच कह रहा तेरी कसम, तेरे बिन अब ना लेंगे एक भी दम, तुझे कितना चाहने लगे हम। नेक्स्ट फेरे दिया लाइन, तेरे साथ हो जाएंगे खत्म। ओ देखो कितना प्ले होना, तेरे साथ इतों स्टार्ट करनी है, तेरे साथ हो जाएंगे खत्म, ठीक है जी, इतों तक लैके जाना बिल्कुल लोअर तक, इतों स्टार्ट करके तेरे साथ हो जाएंगे खत्म। तुझे कितना चाहने लगे हम, तेरे बिन अब न लेंगे एक भी दम, तुझे कितना चाहने लगे हम। बात दिल की नजरों ने की सच कह रहा तेरी कसम, तेरे बिन अब न लेंगे एक भी दम, तुझे कितना चाहने लगे हम। तेरे साथ हो जाएंगे खत्म, तुझे कितना चाहने। ठीक है जी, सो इस तरह यह सोंग प्ले होना सी, तो यदि जी यूट्यूब पर वीडियो इन एक सोंग की, सो मैं करके इन्ना सोंग पाया हले, बिकॉज ये सोंग हमने ही रिलीज़ होया यूट्यूब पर, दो चार दिन ही होया सोंग रिलीज़ होने, तो आप उन्ना सोंग ही पाया। ठीक है जी, जिन्हों जिन्हों वधिया लगे वीडियो लाइक एंड शेयर जरूर कर दियो, एंड जिन्होंने हले तक मेरा चैनल सबसक्राइब नहीं किया सो प्लीज़ चैनल जरूर सबसक्राइब कर दियो। थैंक यू।